ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਗਾਜਰਾਂ ਮਟਰ ਆਲੂ ਦੀ ਸਬਜ਼ੀ ਬਣਾਉਣ ਲੱਗੀ ਹਾਂ। ਇਹਦੇ ਵਿੱਚ ਆਪਾਂ ਪਾਵਾਂਗੇ ਧਨੀਆ, ਅਦਰਕ, ਟਮਾਟਰ, ਹਰੀ ਮਿਰਚ, ਲਸਣ, ਪਿਆਜ਼। ਹੁਣ ਆਪਾਂ ਤੜਕਾ ਲਾਉਂਦੇ ਹਾਂ। ਆਪਣਾ ਗਰਮ ਹੋ ਚੁੱਕਾ ਹੈ, ਹੁਣ ਆਪਾਂ ਇਹਦੇ ਵਿੱਚ ਲਸਣ ਪਾ ਦਿੰਦੇ ਹਾਂ। ਥੋੜੀਆਂ ਜਿਹੀਆਂ ਮੈਂ ਲਸਣ ਦੀਆਂ ਹਰੀਆਂ ਭੁੱਕਾਂ ਪਾਈਆਂ ਆ ਤੇ ਮੈਂ ਘਰੇ ਗਮਲੇ ਵਿੱਚ ਲਸਣ ਲਾਇਆ ਹੋਇਆ ਥੋੜੀਆਂ ਤੋੜ ਕੇ। ਥੋੜਾ ਜਿਹਾ ਆਪਾਂ ਜੀਰਾ ਪਾਵਾਂਗੇ। ਆਪਾਂ ਕਸੂਰੀ ਮੇਥੀ ਪਾ ਦੇਣੀ, ਪਿਆਜ਼, ਪਿਆਜ਼ ਆਪਣਾ ਭੁੱਜ ਕੇ ਫਿਰ ਆਪਾਂ ਟਮਾਟਰ ਵਗੈਰਾ ਪਾਉਂਦੇ ਹਾਂ। ਪਿਆਜ਼ ਆਪਣੇ ਭੁੱਜ ਗਏ ਆ ਅਤੇ ਹੁਣ ਆਪਾਂ ਅਦਰਕ, ਹਰੀ ਮਿਰਚ, ਟਮਾਟਰ ਪਾ ਦਿੰਦੇ ਹਾਂ। ਸਵਾਦ ਅਨੁਸਾਰ ਆਪਾਂ ਨਮਕ ਪਾਉਂਦੇ ਹਾਂ। ਹੁਣ ਆਪਣੇ ਟਮਾਟਰ ਵਗੈਰਾ ਫਰਾਈ ਹੋ ਜਾਣ ਤੇ ਫਿਰ ਆਪਾਂ ਬਾਕੀ ਮਸਾਲੇ ਐਡ ਕਰਦੇ ਹਾਂ। ਜਦ ਆਪਣੇ ਭੁੱਜ ਗਏ ਆ ਹੁਣ ਆਪਾਂ ਬਾਕੀ ਮਸਾਲੇ ਪਾ ਦਿੰਦੇ ਹਾਂ। ਹਲਦੀ ਪਾਵਾਂਗੇ, ਧਨੀਆ ਪਾਊਡਰ ਪਾਵਾਂਗੇ, ਕੋਈ ਕਾਲੀ ਮਿਰਚ ਪਾ ਦਿੰਦੇ ਹਾਂ, ਥੋੜ੍ਹੀ ਜਿਹੀ ਆਪਾਂ ਦੇਗੀ ਮਿਰਚ ਪਾਵਾਂਗੇ, ਕਲਰ ਵਧੀਆ ਆ ਜਾਂਦਾ। ਥੋੜ੍ਹਾ ਆਪਾਂ ਜੀਰਾ ਪਾਊਡਰ, ਉੱਪਰ ਸਬਜ਼ੀ ਪਾ ਦਿੰਦੀ ਇਹਦੇ ਵਿੱਚ। ਮਸਾਲਾ ਭੁੱਜ ਗਿਆ ਹੈ, ਆਪਾਂ ਇਹਦੇ ਵਿੱਚ ਪਾਣੀ ਨਹੀਂ ਪਾਉਣਾ, ਆਪਾਂ ਦੁੱਧ ਵਿੱਚ ਪਾਵਾਂਗੇ ਇਹਦੇ ਵਿੱਚ ਪਾਣੀ ਦੀ ਜਗ੍ਹਾ। ਜੇ ਤੁਸੀਂ ਨਹੀਂ ਪਾਣੀ ਪਾਉਣਾ ਚਾਹੁੰਦੇ, ਦੁੱਧ ਪਾਉਣਾ ਚਾਹੁੰਦੇ, ਤੁਸੀਂ ਪਾਣੀ ਵੀ ਪਾ ਸਕਦੇ ਆ। ਹੁਣ ਆਪਾਂ ਢੱਕ ਦਿੰਦੇ ਹਾਂ।
5-7 मिनट आपां नूं बनाने आ, फिर आपां धनिया पावांगे। हुण आपां सब्जी चेक कर लैंदे आ। तकरीबन पानी चली आ, 2-4 मिनट नूं आपां होर रहने दे आ। फिर आपां इहदे धनिया पाउंदे आ। ਸਬਜ਼ੀ ਹੁਣ ਆਪਣੀ ਬਣ ਗਈ ਆ। ਆਪਾਂ ਹੁਣ ਇਹਦੇ ਵਿੱਚ ਧਨੀਆ ਪਾ ਦਈਏ। ਹੁਣ ਆਪਾਂ ਥੋੜਾ ਟਾਈਮ ਲਈ ਢੱਕ ਦਿੰਦੇ ਆ, ਫਿਰ ਆਪਾਂ ਧਨੀਆ ਠਹਿਰ ਕੇ ਰਲਾਉਣਾ ਆ। ਗਾਜਰਾਂ ਮਟਰਾਂ ਦੀ ਸਬਜ਼ੀ ਆਪਣੀ ਬਣ ਕੇ ਤਿਆਰ ਹੈ। ਇਹਦੇ ਵਿੱਚ ਮੈਂ ਇੱਕ ਆਲੂ ਵੀ ਪਾਇਆ ਆ। ਹੁਣ ਆਪਾਂ ਬਹਿ ਕੇ ਰੋਟੀ ਖਾਂਦੇ ਹਾਂ। ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਇਹਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਔਰ ਕਮੈਂਟ ਵੀ ਜ਼ਰੂਰ ਕਰਿਆ ਕਰੋ।